ਇਹ ਪਿੱਛੇ ਜੇ ਨਾ ਵੈਲਨਟਾਈਨ ਡੇ ਬੀਤਿਆ ਤੇ ਵੈਲਨਟਾਈਨ ਦੇ ਵਿੱਚ ਨਾ ਇੱਕ ਪਤੀ ਨੇ ਆਪਣੇ ਪਤੀ ਨੂੰ ਡਾਇਮੰਡ ਰਿੰਗ ਲਿਆ ਕੇ ਦਿੱਤੀ। ਡਾਇਮੰਡ ਰਿੰਗ ਜਿਉਂ ਹੀ ਲਿਆ ਕੇ ਦਿੱਤੀ, ਪਤਨੀ ਉਹਦੇ ਨਾਲ 6 ਮਹੀਨੇ ਨਹੀਂ ਬੋਲੀ। ਕਾਰਨ ਕੀ ਸੀ? ਕੋਈ ਕਹਿੰਦਾ ਵੀ ਡਾਇਮੰਡ ਫੇਕ ਹੋਏਗਾ, ਕਹਿੰਦੇ ਨਹੀਂ, ਡਾਇਮੰਡ ਬਿਲਕੁਲ ਪਿਓਰ ਸੀ, ਇਹ ਡੀਲ ਸੀ। ਥੈਂਕ ਯੂ ਸੋ ਮਚ, ਖੁਸ਼ ਰਹੋ। ਵਾਕ ਵਾਸਤੇ ਤੇ ਪਤਨੀ ਪਤੀ ਨੂੰ ਠੁੱਡਾ ਲੱਗਿਆ ਤੇ ਡਿੱਗ ਗਿਆ ਤੇ ਉਹਦੇ ਸੱਟ ਲੱਗ ਗਈ ਤੇ ਖੂਨ ਨਿਕਲਣ ਲੱਗ ਪਿਆ ਤੇ ਉਹ ਪਤਨੀ ਵੱਲ ਵੇਖਣ ਲੱਗ ਪਿਆ ਤੇ ਦੁਪੱਟਾ ਸ਼ਾਇਦ ਪਾੜ ਕੇ ਤੇ ਥੋੜੀ ਜਿਹੀ ਪੱਟੀ ਬੰਨ ਦੇਵੇ। ਉਹ ਕਹਿੰਦੀ ਹੈ ਸੋਚਣਾ ਵੀ ਮਤ, ਇਹ ਡਿਜ਼ਾਈਨਰ ਪੀਸ ਹੈ। ਕਹਿੰਦਾ ਖੰਡ ਦੇ ਜਰਾ। ਉਹਨੇ ਕਿਹਾ ਜਰਾ ਰਾਮੂ ਖੰਡ ਲਿਆ। ਉਹ ਡੱਬੇ ਵਿੱਚ ਉੱਤੇ ਲਿਖਿਆ ਸੀ ਲੂਣ। ਉਹ ਕਹਿਣ ਲੱਗਾ ਮੈਂ ਖੰਡ ਮੰਗੀ ਹੈ। ਕਹਿੰਦਾ ਨਹੀਂ, ਲੂਣ ਤਾਂ ਨਾ ਕੀੜੀਆਂ ਨੂੰ ਧੋਖਾ ਦੇਣ ਵਾਲੀ, ਨਮਕ ਵਾਲੀ ਗੱਲ ਤਾਂ ਖੈਰ ਹੋ ਗਈ ਹੈ, ਸ਼ੂਗਰ ਦੀ ਗੱਲ ਕਰਦੇ। ਉਹ ਸ਼ੂਗਰ ਦੀ ਗੱਲ ਹੋਈ। ਇੱਕ ਨਾ ਮਾਸਟਰ ਨੇ, ਮਾਸਟਰ ਦੇ ਘਰ 7-8 ਜਣੇ ਪ੍ਰਾਹੁਣੇ ਆ ਗਏ ਬਿਨਾਂ ਸੱਦੇ ਤੇ ਉਹਨੇ ਆਵਾਜ਼ ਮਾਰੀ ਪਤਨੀ ਨੂੰ, ਲੈ ਬਈ ਚਾਹ ਬਣਾ। ਪਤਨੀ ਕਹਿੰਦੀ ਚਾਹ ਕਿੱਥੇ ਬਣਾਵਾ, ਖੰਡ ਤਾਂ ਹੈ ਹੀ ਨੀ ਘਰ। ਕਹਿੰਦਾ ਤੂੰ ਫਿਕਰ ਨਾ ਕਰ, ਤੂੰ ਚਾਹ ਬਣਾ, ਮੈਂ ਸਾਂਭ ਲਾਵਾਂ। 7 ਕੱਪ ਆ ਗਏ ਚਾਹ ਦੇ, ਰੱਖ ਦਿੱਤੇ ਤੇ ਮਾਸਟਰ ਜੀ ਕਹਿਣ ਲੱਗੇ, ਲਓ ਬਈ ਅੱਜ ਇੱਕ ਬੰਦੇ ਨੂੰ ਚਾਹ ਫਿੱਕੀ ਮਿਲੇਗੀ, ਜਿਹਨੂੰ ਫਿੱਕੀ ਮਿਲੇਗੀ ਉਹਦੇ ਘਰ ਸਭ ਕੱਲ ਅਸੀਂ ਜਾਵਾਂਗੇ। ਉਹ ਸਾਰੇ ਚਾਹ ਪੀ ਗਏ, ਕਿਸੇ ਨੇ ਨਹੀਂ ਕਿਹਾ। ਇੱਕ ਨੇ ਤਾਂ ਇਹ ਵੀ ਕਹਿ ਦਿੱਤਾ ਮੇਰੇ ਕਾਪੇ ਤਾਂ ਇੰਨੀ ਖੰਡ ਹੈ, ਮੈਨੂੰ ਡਾਇਬਟੀਜ਼ ਦਾ ਡਰ ਲੱਗ ਗਿਆ। ਇਹ ਕੀੜੀਆਂ ਸਾਰੀਆਂ ਨਾ ਇੱਕ ਦੁਕਾਨ ਚ ਵੜ ਰਹੀਆਂ ਸੀ ਖੰਡ ਖਾਣ ਵਾਸਤੇ। ਇੱਕ ਕੀੜੀ ਬਾਹਰ ਹੀ ਖੜੀ ਸੀ। ਉਹ ਦੁਕਾਨਦਾਰ ਨੇ ਪੁੱਛਿਆ, ਭੈਣ ਜੀ ਤੁਸੀਂ ਬਾਹਰ ਹੋ? ਕਹਿੰਦੀ ਮੈਨੂੰ ਡਾਇਬਟੀਜ਼ ਹੈ, ਮੂੰਹ ਕਰਕੇ ਸਮੋ ਨਾ, ਮੈਨੂੰ ਡਰ ਲੱਗਦਾ। ਤੂੰ ਆਪਣੇ ਬਾਰੇ ਹੀ ਸੋਚ, ਮੈਂ ਭਾਵੇਂ ਡਰ ਨਾਲ ਮਰ ਜਾਵਾਂ। ਪਤਨੀਆਂ ਸਾਰੀਆਂ ਜਿਹੜੀਆਂ ਤੁਹਾਨੂੰ ਕਹਿੰਦੀਆਂ ਨਾ ਜਾਨ, ਇਹ ਪਤਾ ਕਿਉਂ ਕਹਿੰਦੀਆਂ? ਕਿਉਂਕਿ ਜਾਨਵਰ ਜ਼ਰਾ ਲੰਮਾ ਪੈਂਦਾ। ਮੈਂ ਜਾਨੂ ਕਿ ਮੈਂ ਤੇਰੇ ਸੁਪਨਿਆਂ ਵਿੱਚ ਆਉਂਦੀ ਹਾਂ, ਜਾਨੂ ਮੈਂ ਕੀ ਮੈਂ ਤੇਰੇ ਸੁਪਨਿਆਂ ਚ ਆਉਂਦੀ ਹਾਂ? ਪਤੀ ਕਹਿੰਦਾ ਨਹੀਂ। ਪਤੀ ਕਹਿੰਦੀ ਕਿਉਂ? ਪਤੀ ਕਹਿੰਦਾ ਮੈਂ ਹਨੂੰਮਾਨ ਚਾਲੀਸਾ ਪੜ ਕੇ ਸੌਂਦਾ। ਪਤੀ ਕਹਿਣ ਲੱਗਿਆ ਪਤਨੀ ਨੂੰ, ਤੇਰੇ ਬਾਪ ਦੀ ਹਾਲੇ ਤੱਕ ਜਲੇ ਤੇ ਨਮਕ ਛਿੜਕਣ ਦੀ ਆਦਤ ਨਹੀਂ ਗਈ, ਜਲੇ ਤੇ ਨਮਕ ਛਿੜਕਣ ਦੀ ਆਦਤ ਨਹੀਂ ਗਈ। ਪਤਨੀ ਕਹਿੰਦੀ ਹੁਣ ਕੀ ਹੋਇਆ? ਉਹ ਕਹਿੰਦਾ ਅੱਜ ਫਿਰ ਪੁੱਛ ਰਿਹਾ ਸੀ, ਮੇਰੀ ਬੇਟੀ ਨਾਲ ਵਿਆਹ ਕਰਕੇ ਖੁਸ਼ ਹੈ ਨਾ? ਸੱਸ ਦਾ ਫੋਨ ਆਇਆ ਜਵਾਈ ਨੂੰ, ਵਿਆਹ ਤੋਂ ਬਾਅਦ ਸੱਸ ਦਾ ਫੋਨ ਆਇਆ ਜਵਾਈ ਨੂੰ, ਹਾਂ ਕੀ ਹਾਲ ਹੈ ਤੇਰਾ ਪੁੱਤਰ? ਉਹ ਕਹਿੰਦਾ ਮੇਰੀ ਛੱਡੋ, ਤੁਹਾਡੇ ਘਰ ਹੀ ਤਾਂ ਸਕੂਨ ਹੈ ਨਾ ਹੁਣ।